जी माशाल्लाह जी, एक जर्सी गां भी सूई है जी, एक लाखी गां भी सूई है, वकार भाई चुवाई कर रहे जी। जर्सी को होली कीती ने गावा इंज नहीं, इंशाल्लाह अल्लाह पाक दे हुक्म ना, 30-30 32-32 लीटर आलियां गावा ने, इंशाल्लाह इंशाल्लाह। वकार भाई किन्ने किन्ने दुध आलियां गाय ने? इंशाल्लाह पाक ने साल में करे, इंशाल्लाह मेरा जड़ी भाई गबना दी गाल दस ही ना, इंशाल्लाह किन्ना किन्ना दुध दस दे रहे हैं? 30-35 लीटर इंशाल्लाह अल्लाह पाक दे हुक्म ना चवाइयां करान दियां इन्हें ने बोल दे कढ़न दियां जी। अली गां वेंदे पे ताजी सुई जेर सटनी तू ए पहले बोले ने ए दोस्तां दे सिर्फ फरमाइश वास्ते चोई कर रहे हैं, बाल्टी को नेड़े लाई जी जो नहीं इंशाल्लाह सारी ता भी नहीं वेली करनी अली कुछ चोल गाल चड्डा बड़ा ले है माशाल्लाह। ए बच्चा सू जी दूजी गां भी चेक कराने जी, वकार बिचवाई कर रहे हैं, इस गां दी वकार बिचवाई हो गई है जी, वकार एक गां ओली हो गई जी लाखी ए भी सुई माशाल्लाह बहुत वड्डी गां है, जर्सी गां जी इहदी वकार बिचवाई कर रहे हैं जी, क्योंकि गां ताजी सुई है ना, एक बारी कह रहे ने खाली कुछ कुछ दिए फिर राती फिर बच्चे शच्चे फिर दुध पिया दे इंशाल्लाह इंशाल्लाह। वकार भाई सौदे नसीबा ने ने जी बिल्कुल बिल्कुल इंशाल्लाह इंशाल्लाह। बाकी वकार भाई गावां दो में सुइयां ने चुवाइयां होईयां ने थणा दियां माशाल्लाह जी, एथे पास फुल पास होण दियां मुकम्मल दंदा दे थणा दियां जेर भी इंशाल्लाह पाक खैर करे इंशाल्लाह जी, राती सड़ देनियां चुवाइयां हो गईयां ना दोस्तों, ते टीका एक्सीटेशन वगैरह ला देंदे गोलियां वगैरह जेड़ा ना पैनाडोल डिस्प्रिन दे देंदे आराम ना राती होणा वेंदे पियो खुशक जगह सारी। मैं कुछ खाली कर दी नहीं ठीक हो गया, ऐसे रखो ना जी को दोस्तों दो बाकी इंशाल्लाह अल्लाह पाक खैर करे ठीक हो गया, ऐसे पर आई हो गई ऐसे दिखाओ ना चड्डा को देखना देखना इंशाल्लाह फट्टे मुकम्मल अद्धी खाली कर दी जे बच्चे छच्चे पी लिया जी बच्चे ने जा दे ओ गांव भी कभी इस दे बच्चे ने जा ठीक हो दोनों दिन ऐ जोट खोलो जी मैच खोलो कार में डैड में
ਬਰਤਨ ਦੇ ਰਿਆ ਨਹੀਂ ਉਹ ਘਰ ਬਈ ਮੈਂ ਦੇਣਾ ਜੀ ਬਰਤਨ ਇਹ ਖਾਲੀ ਕਰ ਲੈ ਜੀ ਇਹ ਗੜਵੇ ਹੀ ਪਾਉਣਾ ਜੀ ਬਿਸਮਿਲਲਾ ਯਾ ਇੱਕ ਮਿੰਟ ਇੱਕ ਨੌਕਰ ਦੇ ਬਾਲਟੀ ਇਹ ਹੈ ਉਹ ਬਾਲਟੀ ਇਹ ਤਾਰ ਲਓ ਨਾ ਉਹਦੇ ਚ ਪੱਠਿਆਂ ਦੀ ਪਈ ਗਾਉਂ ਪੂਰਾ ਤਾਰ ਪਿੱਛੇ ਖੋਲ ਇਹ ਦੋਸਤੋ ਮਾਸ਼ਾਅੱਲਾ ਗਾਵਾਂ ਜਿਹੜੀਆਂ ਦੁੱਧ ਦਿੰਦੀਆਂ ਨੇ ਇਹ ਨਹੀਂ ਖਾਂਦੀਆਂ ਨੇ ਇਹ ਹੁਣ ਸੁੱਕੇ ਪੱਠੇ ਪਏ ਇਹਨਾਂ ਅਤੇ ਗਾਂ ਤਾਂ ਵੀ ਲੱਗੀ ਹੈ ਗਾਂ ਕੋ ਵੇਟ ਹੀ ਇੰਨਾ ਗਾਂ ਕੋ ਵਜ਼ਨ ਹੀ ਇਤਨਾ ਵੱਡੀ ਗਾਂ ਦੋਸਤੋ ਇਹ ਰਜਦੀਆਂ ਹੀ ਨਹੀਂ ਅਤੇ ਆਪੇ ਦਿੰਦੀਆਂ ਕੋਈ ਨਹੀਂ ਆਖੋ ਕਿ ਇੰਨੇ ਭੁੱਖੀਆਂ ਬੰਨ੍ਹ ਦਿਓ ਅਤੇ ਇਹ ਦੁੱਧ ਦੇਣ ਇਤਰੀ ਇਤਰੀ ਬੱਤੀ ਬੱਤੀ ਕਿਲੋ ਦੋਸਤੋ ਇਹ ਦੇ ਸਕਦੀਆਂ ਨੇ ਅਤੇ ਇਨਸ਼ਾਅੱਲਾ ਸ਼ਵਾਈਆਂ ਕਰਾ ਕੇ ਦਿਆਂਗੇ ਗੱਲਾਂ ਨਾਲ ਨਹੀਂ ਵਕਾਰ ਬਈ ਗਾਂ ਕਿੰਨੇ ਲੀਟਰ ਵਾਲੀ ਹੈ ਇਨਸ਼ਾਅੱਲਾ ਪਾਕ ਦੇ ਸਾਹ ਲੰਮੇ ਕਰੇ ਇਮਰਾਨ ਬਾਈ 30-35 ਲੀਟਰ ਵਾਲੀ ਗਾਂ ਚ ਗੱਬਣ ਨੇ ਗਾਂ ਤੇ ਕੀ ਗੱਲਾਂ ਕੀਤੀਆਂ ਨੇ ਭਾਈ ਇਨਸ਼ਾਅੱਲਾ ਜਿਹੜੀ ਕੀਤੀਆਂ ਨੇ ਉਹ ਕਰਾ ਉਹ ਬੱਚੀ ਤੋਂ ਥੱਲੇ ਜੀ ਤੇ ਕਰਾਸ ਗਾਂ ਫਿਰ ਤਾਜੀ ਹੁਣ ਸੂਈ ਆ ਵੇਖ ਲਾ ਇਹ ਐ ਪਿੱਛੇ ਇਹ ਨਾੜਵੇਰ ਇਹ ਜੇ ਜੀ ਇਹ ਦੋ ਅੱਗੇ ਵੀਡੀਓ ਲਾਈ ਹੈ ਗੱਬਣ ਦੀ ਲੱਗੀ ਦੱਸੀ ਗੱਲ ਦੱਸੀ ਹੈ ਕੀ ਦੱਸੀ ਹੈ ਜੀ ਇਨਸ਼ਾਅੱਲਾ ਇਨਸ਼ਾਅੱਲਾ ਅੱਲਾ ਪਾਕ ਦੇ ਹੁਕਮ ਨਾਲ ਇਨਸ਼ਾਅੱਲਾ ਇਨਸ਼ਾਅੱਲਾ ਫਿਰ ਚਵਾਈ ਵਕਾਰ ਬਾਈ ਮਾਸ਼ਾਅੱਲਾ ਵੇਖੋ ਇਮਰਾਨ ਬਾਈ ਆ ਜੀ ਮਰਜ਼ੀ ਚੋ ਥਾਣ ਮੋਠਾ ਲਾ ਥਾਣ ਜਿਹੜੀਆਂ ਗੱਲਾਂ ਦੋਸਤ ਨਾਲ ਕੀਤੀਆਂ ਨੇ ਇਨਸ਼ਾਅੱਲਾ ਉਹ ਪੂਰੀਆਂ ਹੋ ਸਨ ਅੱਲਾ ਦੇ ਹੁਕਮ ਹੈ ਬਾਈ ਜੀ ਪਰਲਾ ਥਾਣ ਜਿਹੜਾ ਨਾ ਪਰਲੇ ਪਾਸੋ ਵੱਛੀ ਦੁੱਧ ਪਿਆ ਆ ਬੱਚੇ ਨੂੰ ਪੂਰਾ ਰਜਾਇਆ ਹਾਂਜੀ ਬੱਚਾ ਲਈ ਵਹਿੰਦੇ ਪਿਓ ਕਿ ਤਾਜ਼ਾ ਸੂਏ ਬੱਚੇ ਦੁੱਧ ਨਹੀਂ ਪੀਂਦੇ ਫੁੱਲ ਬੱਚਾ ਰਜਾਇਆ ਇੱਕ ਵਾਰ ਹੁਣ ਇੱਕ ਵਾਰੀ ਕੁਝ ਖਾਲੀ ਕਰਨੇ ਆ ਨਾ ਦੋਸਤੋ ਫਿਰ ਰਾਤੀ 12 ਵਜੇ 1 ਵਜੇ ਫਿਰ ਖਾਲੀ ਕਰਦਿਆਂ ਦੇ ਜੇਠ ਸਾੜ ਦੇ ਦੀ ਸੁਬਹਾ 4-5 ਵਜੇ ਇੱਕ ਫਿਰ ਚਵਾਈ ਕਰਦਿਆਂ ਦੇ ਫਿਰ 5-6 ਵਜੇ ਕੋਲ ਇੱਕ ਫਿਰ ਕਰਦਿਆਂ ਦੇ ਗਾਂ ਫੁੱਲ ਫਰੈਸ਼ ਹੋ ਜਾਏ ਜੀ ਇਨਸ਼ਾਅੱਲਾ ਕਿ ਗਾਂ ਦੀ ਸੂੰਦਿਆਂ ਨਾਲ ਦੋਸਤੋ 3-4 ਚਵਾਈਆਂ ਲਗਾਤਾਰ ਕਰ ਦਿਓ ਗਾਂ ਆਪਣੇ ਰੂਟੀਨ 'ਤੇ ਆ ਜਾਏ ਜੀ ਕੋਈ ਦੋਸਤ ਹੁੰਦੇ ਨੇ ਜੀ ਜੇਠ ਸੱਟਣ ਦਾ ਇੰਤਜ਼ਾਰ ਕਰਦੇ ਨਹੀਂ ਗਾਂ ਸੂੰਦੀ ਜਾਏ ਦੋਸਤੋ ਗਾਂ ਬੱਚੇ ਨੂੰ ਦੁੱਧ ਪਿਆਓ ਗਾਂ ਦੀ ਚਵਾਈ ਕਰੋ ਇੱਕ ਵਾਰੀ ਠੀਕ ਹੈ ਕੁਝ ਗਾਂ ਅੱਧੀ ਖੜ ਅੱਧੀ ਛੱਡ ਦਿਓ ਜੀ ਵਕਾਰ ਬਈ ਅੱਧੀ ਕੋ ਗਾਂ ਛੱਡ ਦੇਣੀ ਠੀਕ ਹੈ ਮਤਲਬ 10-12 ਕਿਲੋ ਬੋਲਾ ਛੱਡ ਦੇਣਾ ਇਹ ਦੋਸਤੋ ਇਹ ਇਹ ਠੀਕ ਹੈ ਰਵਾਨਾ ਵੇਖ ਲੈਣਾ ਗਾਂ ਦਾ ਜੀ ਫੁੱਲ ਮੁਕੰਮਲ ਚਵਾਈ ਕੋਈ ਨਹੀਂ ਜੀ ਅਲੀ ਬਾਜ ਜੁੱਟ ਖੋਲ ਲਓ ਕਰ ਮੈਂ ਖੋਲ ਦੋ ਦੂਰਾਂ ਕਰ ਲਓ